ਅੱਜ ਹੈਗਾ ਆਪਣਾ ਲਗਾਤਾਰ 8ਵਾਂ ਵਲੌਗ। ਇਹ ਲਗਾਤਾਰ 8ਵੇਂ ਵਲੌਗ ਦਾ ਕਾਰਨ ਇਹ ਆ ਕਿ ਮੇਰਾ ਪੂਰਾ ਧਿਆਨ ਮੇਰੇ ਕੰਮ 'ਤੇ ਆ, ਚਾਹੇ ਉਹ ਘਰ ਦਾ ਕੰਮ ਹੋਵੇ, ਚਾਹੇ ਉਹ ਯੂਟਿਊਬ ਦੇ ਰਿਲੇਟਡ ਕੰਮ ਹੋਵੇ। ਮੈਂ ਆਲੇ ਦੁਆਲੇ ਵੱਲ ਬਿਲਕੁਲ ਨਹੀਂ ਦੇਖ ਰਿਹਾ, ਨਾ ਹੀ ਆਲੇ ਦੁਆਲੇ ਬਾਰੇ ਕੁਛ ਵੀ ਸੋਚ ਰਿਹਾ, ਕਿਉਂਕਿ ਜਦੋਂ ਆਪਾਂ ਆਲੇ ਦੁਆਲੇ ਦੇਖਦੇ ਹਾਂ, ਸੋਚਦੇ ਹਾਂ, ਆਪਾਂ ਇੱਕ ਦਲਦਲ ਦੇ ਵਿੱਚ ਫਸੇ ਰਹਿੰਦੇ ਹਾਂ, ਆਪਾਂ ਉੱਥੇ ਸਟੱਕ ਹੋਏ ਰਹਿੰਦੇ ਹਾਂ, ਆਪਾਂ ਉਹੀ ਚੀਜ਼ਾਂ ਬਾਰੇ ਸੋਚੀ ਜਾਂਦੇ ਹਾਂ। ਜਦੋਂ ਆਪਣਾ ਧਿਆਨ ਪੂਰਾ ਕੰਮ 'ਤੇ ਹੁੰਦਾ ਵਾ ਤਾਂ ਆਪਾਂ ਉਹ ਕੰਮ ਬਿਹਤਰ ਤਰੀਕੇ ਨਾਲ ਕਰਦੇ ਹਾਂ। ਮੈਦਾਨ ਫਿਲਮ ਦਾ ਇੱਕ ਡਾਇਲੋਗ ਆ ਕਿ ਖਿਡਾਰੀ ਲਈ ਇਕੱਲਾ ਟੈਲੈਂਟਡ ਹੋਣਾ ਕਾਫੀ ਨਹੀਂ, ਫੋਕਸ ਹੋਣਾ ਵੀ ਜ਼ਰੂਰੀ ਹੈ, ਕਿਉਂਕਿ ਜੇ ਤੁਹਾਡਾ ਗੇਮ ਤੋਂ ਫੋਕਸ ਇੱਧਰ ਉੱਧਰ ਹੋ ਗਿਆ ਤੁਸੀਂ ਕੁਛ ਨਾ ਕੁਛ ਜ਼ਰੂਰ ਮਿਸ ਕਰੋਗੇ। ਸੋ ਵੈਲਕਮ ਟੂ ਗਾਈਸ, ਆਈ ਹੋਪ ਐਵਰੀਵਨ ਇਜ਼ ਡੂਇੰਗ ਗ੍ਰੇਟ। ਕੱਲ ਰਾਤ ਦੋ ਰਾਤਾਂ ਮਤਲਬ ਲੈਟ ਆਈ ਆ, ਅੱਜ ਸ਼ੇਰ 10 ਵਜੇ ਉੱਠੇ ਆ। ਸ਼ੇਰ ਦਾ ਪਾਪਾ ਵੀ ਹੈ ਸ਼ੇਰ, ਨਹੀਂ 7 ਵਜੇ ਉੱਠ ਕੇ ਬਹਿ ਜਾਂਦਾ ਹੈ। ਹੁਣ ਬਾਕੀ ਕੰਮ ਬਾਅਦ ਚ, ਪਹਿਲਾਂ ਇਹਨਾਂ ਪਿਓ ਪੁੱਤਰ ਨੂੰ ਰੋਟੀ ਫੜਾ ਦਈਏ, ਕਿਉਂਕਿ ਕਹਿੰਦੇ ਆ ਭੁੱਖੇ ਸ਼ੇਰ ਖਤਰਨਾਕ ਬਹੁਤ ਹੁੰਦੇ ਨੇ। ਓ ਸ਼ੇਰੋ, ਸ਼ੇਰਾਂ ਦੀ ਰੋਟੀ 8 ਵਜੇ ਦੀ ਬਣੀ ਪਈ ਆ। ਯੇ ਲੋ ਰੋਟੀ, ਭੁੱਖੇ ਸ਼ੇਰੋ ਖਾਓ। ਕਿਹੜੇ ਸ਼ੇਰ ਨੂੰ ਭੁੱਖ ਲੱਗੀ ਆ ਵੱਧ? ਤੁਸੀਂ ਸ਼ੇਰ ਨੀ ਹੈਗੇ, ਡੁੰਮ ਲੱਕ ਲੱਕ ਡੁੰਮ ਡੁੰਮ ਲੱਕ ਲੱਕ। ਚਟਣੀ ਕਾਹਦੀ ਆ ਬਈ? ਪਿਆਜ਼ ਤੇ ਹਰੀਆਂ ਮਿਰਚਾਂ। ਪੁਦੀਨਾ ਪੁਦੀਨਾ ਵੀ ਪਾ ਲੈਂਦੀ ਵਿੱਚ? ਕੀ ਕਰਨਾ, ਕਿੱਥੇ ਜਾਣਾ? ਤੇਤਰ ਤੇ ਉਦੋਂ ਤਾਂ ਡੇੜਾ ਅੰਦਰ ਲਾਉਂਦੇ ਆ ਬਸ। ਕਰੈਕਟ ਦਾ T20 ਵਰਲਡ ਕੱਪ ਚੱਲ ਰਿਹਾ, ਇਸ ਵਾਰੀ ਇੰਡੀਆ ਦੀ ਇੱਕ ਟੀਮ ਨਹੀਂ ਖੇਡ ਰਹੀ, ਇੰਡੀਆ ਦੀਆਂ ਤਿੰਨ ਤਿੰਨ ਟੀਮਾਂ ਖੇਡ ਰਹੀਆਂ। ਪੁੱਛੋ ਕਿਵੇਂ ਕਿਵੇਂ? ਇੱਕ ਤਾਂ ਇੰਡੀਆ ਦੀ ਟੀਮ ਖੇਡ ਰਹੀ ਆ, ਦੂਜੀ ਟੀਮ ਖੇਡ ਰਹੀ ਆ ਕੈਨੇਡਾ ਦੀ, ਜਿਹਦੇ ਵਿੱਚ ਅੱਧ ਤੋਂ ਵੱਧ ਪਲੇਅਰ ਨੇ ਇੰਡੀਆ ਦੇ, ਤੇ ਤੀਜੀ ਖੇਡ ਰਹੀ ਆ ਅਮਰੀਕਾ ਦੀ, ਜਿਹਦੇ ਵਿੱਚ ਅੱਧੇ ਪਲੇਅਰ ਨੇ ਇੰਡੀਆ ਦੇ। ਮਤਲਬ ਤਿੰਨ ਤਿੰਨ ਟੀਮਾਂ ਇੰਡੀਆ ਦੇ ਨੇ, ਤੇ ਇਸ ਵਾਰੀ ਪਹਿਲੀ ਵਾਰੀ ਅਮਰੀਕਾ 'ਚ ਵਰਲਡ ਕੱਪ ਹੋ ਰਿਹਾ, ਤੇ ਅਮਰੀਕਾ ਨੇ ਪਾਕਿਸਤਾਨ ਨੂੰ ਹਰਾਤਾ, ਅਫਗਾਨਿਸਤਾਨ ਨੇ ਨਿਊਜ਼ੀਲੈਂਡ ਨੂੰ ਹਰਾਤਾ। ਇਸ ਵਾਰੀ ਪਤਾ ਨਹੀਂ ਵਰਲਡ ਕੱਪ 'ਚ ਬਈ ਕੀ ਹੋਣਾ ਵਾ, ਅਜੂਬੇ ਹੀ ਹੋ ਰਹੇ ਨੇ, ਅਜੂਬੇ ਹੀ ਹੋ ਰਹੇ ਨੇ। ਨਿਊਜ਼ੀਲੈਂਡ ਤਾਂ 75 ਦੀ ਓਵਰ ਆਊਟ ਕਰਤੀ ਅਫਗਾਨਿਸਤਾਨ ਨੇ, ਤੇ ਪਾਕਿਸਤਾਨ ਅਮਰੀਕਾ ਤਾਂ ਹਾਰ ਗਈ। ਕਹਿੰਦੇ ਪਾਕਿਸਤਾਨ ਦਾ ਤਾਂ ਹਾਰੀ ਆ, ਉਹਨਾਂ ਨੇ ਅਮਰੀਕਾ ਦਾ ਲੋਨ ਮਾਫ ਕਰਾ ਲਿਆ। ਠੀਕ ਆ। ਅੱਜ ਸਵੇਰੇ ਉੱਠ ਕੇ ਅਸੀਂ ਪਲਾਨ ਤਾਂ ਬਹੁਤ ਬਣਾਏ ਸੀਗੇ, ਸਾਡਾ ਪਲਾਨ ਐਂ ਸੀਗਾ ਕਿ ਸਵੇਰੇ ਉੱਠ ਕੇ ਸਭ ਤੋਂ ਪਹਿਲਾਂ ਜਾਵਾਂਗੇ ਲੁਧਿਆਣੇ, ਰਣਸ਼ੇਰ ਦੇ ਇੰਜੈਕਸ਼ਨ ਲਵਾਵਾਂਗੇ, ਉਦੋਂ ਬਾਅਦ 'ਚ ਉੱਥੋਂ ਜਾਵਾਂਗੇ ਮੰਡੀ ਅਹਿਮਦਗੜ੍ਹ, ਸ਼ੋਪਿੰਗ ਕਰਕੇ ਜਾਵਾਂਗੇ ਪੰਧੇਰਖੇੜੀ, ਪੰਧੇਰਖੇੜੀ ਆਪਾਂ ਬਿਸਕੁਟ ਫੜਾਉਣੇ ਸੀਗੇ, ਮੁੱਲਾ ਪਰੋਂ ਹੱਥ ਵਾਲੇ ਬਿਸਕੁਟ ਬਣਵਾ ਕੇ ਲਿਆਉਂਦੇ ਸੀਗੇ, ਅਤੇ ਉਦੋਂ ਬਾਅਦ 'ਚ ਉੱਥੇ ਮਿਸਤਰੀਆਂ ਕੋਲੋਂ ਗੇੜਾ ਮਾਰ ਕੇ ਅਸੀਂ ਜਾਣਾ ਸੀਗਾ ਕੈਂਡ, ਕੈਂਡ ਰਣਸ਼ੇਰ ਦੇ ਕੱਪੜੇ ਆਏ ਪਏ ਕੈਨੇਡਾ ਤੋਂ, ਉਹ ਫੜ ਕੇ ਲਿਆਉਣੇ ਸੀਗੇ, ਪਰ ਹੁਣ ਜਿਹੜਾ ਪਹਿਲਾ ਕਲੋਸ ਆ ਉਹਦਾ ਕੈਂਸਲ ਹੋ ਗਿਆ, ਕਿਉਂਕਿ ਡਾਕਟਰ ਵਾਲਾ ਟਾਈਮ ਤਾਂ ਨਿਕਲ ਗਿਆ, ਹੁਣ ਅਸੀਂ ਸਿੱਧਾ ਚੱਲੇ ਹਾਂ ਮੰਡੀ ਅਹਿਮਦਗੜ੍ਹ, ਉੱਥੋਂ ਕੰਮ ਕਰਕੇ ਅਸੀਂ ਟਾਈਮ ਦੇਖਾਂਗੇ ਕਿ ਪੰਧੇਰਖੇੜੀ ਵੱਲ ਨੂੰ ਚੱਲੀਏ ਜਾਂ ਕੈਂਡ ਵੱਲ ਨੂੰ ਚੱਲੀਏ, ਜਾਂ ਅਸੀਂ ਦੋਨੀ ਥਾਵਾਂ 'ਤੇ ਜਾ ਸਕਦੇ ਹਾਂ। ਹਾਂਜੀ, ਬਾਕੀ ਸਭ ਬੜੀਆ ਹੈ। ਇੱਕ ਗੱਲ ਆ, ਹੁਣ ਘਰੋਂ ਨਿਕਲਣਾ ਬਹੁਤ ਔਖਾ ਹੋ ਗਿਆ,
ਘਰੇ ਨੀ ਕੰਮ ਨਿਬੜਦੇ ਯਾਰ, ਦੁਪਹਿਰਾ ਹੋਇਆ ਪਿਆ, ਮੇਰੇ ਐਨਕਾਂ ਲਿਆ ਮੈਂ ਪਰਨੇ ਦੀਆਂ ਐਨਕਾਂ ਵੀ ਲਾਉਣੀਆਂ ਨੇ, ਹੁਸਨ ਵਾਲੀ ਗੱਲ ਨੀ ਗਈ ਯਾਰ, ਜੱਟ ਦੇ ਪਰਨਾ ਬੰਨਿਆ ਹੋਵੇ ਤੇ ਮੁੱਛ ਖੜੀ ਹੋਵੇ ਨਾ, ਕੱਦੇ ਵੀ ਨੀ ਮੰਮੀ ਅਮੈਰੀਕਾ ਜਾਂਦੇ ਜਾਂਦੇ ਆਪਦੇ ਸਾਰੇ ਫਰਜ਼ ਨਿਬੇੜ ਕੇ ਗਏ ਸੀਗੇ, ਸਾਰਿਆਂ ਲਈ ਘਰ ਦੇ ਬਿਸਕੁਟ ਬਣਾ ਕੇ ਗਏ, ਸਾਡੇ ਲਈ ਉਹ ਬੜੀਆਂ ਪਾ ਕੇ ਗਏ, ਹੋਰ ਕੀ ਕਰ ਗਏ, ਬਸ ਇਹ ਜ਼ਰੂਰੀ ਕੰਮ, ਬਾਕੀ ਹਜ਼ਾਰਾਂ ਦੋ ਹਜ਼ਾਰਾਂ ਜ਼ਿੰਮੇਵਾਰੀਆਂ ਪਾ ਕੇ ਗਏ, ਚਲੋ ਹੁਣ ਤਾਂ ਡੈਡੀ ਦਾ ਡੀਜੇ ਦਾ ਕੰਮ ਖੜਾ, ਮੈਨੂੰ ਲੱਗਦਾ ਜੀ ਆਹੀ ਹਾਲ ਰਹੇ, ਅਸੀਂ ਮੰਮੀ ਸੱਦ ਲੈਣੀ ਆ, ਫਿਰ ਵੀ ਡੈਡੀ ਨਾਲ ਆਪਣੀ ਬਹੁਤ ਹੈਲਪ ਹੋ ਜਾਂਦੀ ਹੈ, ਜਿਵੇਂ ਰਣਸ਼ੇਰ ਬਹੁਤ ਟਾਈਮ ਖੇਡਦਾ ਨਾ ਡੈਡੀ ਕੋਲ, ਜੇ ਡੈਡੀ ਵੀ ਨਾਲ ਚਲੇ ਜਾਂਦੇ ਫਿਰ ਟੌਪ ਕਰ ਦੇਣਾ, ਫਿਰ ਨਹੀਂ ਜੀ ਰੋਟੀ ਰੁਟੀਆਂ ਪੱਕਦੀਆਂ, ਤੁਹਾਨੂੰ ਪਤਾ ਜਿਹੜੀਆਂ ਲਗਾਤਾਰ ਵੀਡੀਓ ਆਉਂਦੀਆਂ ਨੇ ਉਹਦੇ ਪਿੱਛੇ ਇੱਕ ਇਹ ਵੀ ਰੀਜ਼ਨ ਆ ਵੀ ਜਿੰਨਾ ਟਾਈਮ ਡੈਡੀ ਇੱਥੇ ਆ ਜਿੰਨਾ ਕੰਮ ਖਿੱਚ ਹੁੰਦਾ ਖਿੱਚ ਲਓ, ਸਹੀ ਗੱਲ, ਕਿਉਂਕਿ ਫਿਰ ਥੋੜਾ ਜਿਹਾ ਬੱਚੇ ਨਾਲ ਤਾਂ ਔਖਾ ਹੋ ਜਾਂਦਾ, ਕਿਉਂਕਿ ਇੱਕ ਜਣਾ ਜਵਾਕ ਤੇ ਜ਼ਰੂਰ ਚਾਹੀਦਾ ਹੀ ਚਾਹੀਦਾ, ਚਾਹੀਦਾ ਹੀ ਚਾਹੀਦਾ, ਤੇ ਹੁਣ ਤੁਸੀਂ ਇੱਧਰ ਹੋ ਜਾਓ ਮੈਨੂੰ ਬਿਸਕੁਟ ਪਾ ਲੈਣ ਦੋ, ਜਦੋਂ ਜੱਟ ਦੇ ਪਰਨਾ ਬੰਨੇ ਹੋਵੇ ਤੇ ਮੁੱਛ ਖੜੀ ਹੋਵੇ ਕੱਦੇ ਵੀ ਨਹੀਂ ਉੱਚੀ ਆਵਾਜ਼ ਚ ਬੋਲਣਾ, ਖੂਨ ਖੋਲ ਜਾਂਦਾ, ਰਣਸ਼ੇਰ ਰਣਸ਼ੇਰ ਕਿੱਥੇ ਸੀ ਮੇਰਾ ਪੁੱਤ, ਸ਼ੇਰ ਕਿੱਥੇ ਸੀ, ਸ਼ੇਰ ਕਿੱਥੇ ਸੀ, ਬਾਈ ਚੱਤੀ ਤੂੰ ਆ ਬਾਈ ਚੱਕੀ ਫਿਰਦਾ, ਕਿਹਦੀ ਬਾਈ ਹੈ, ਮੰਮਾ ਦੀ ਬਾਈ ਹੈ, ਆ ਚਾਚੇ ਦਾ ਫੋਨ ਆ ਗਿਆ, ਚਾਚੇ ਨੂੰ ਹੈਲੋ ਕਹਿ ਦੇ, ਚਾਚੇ ਨੂੰ ਹੈਲੋ ਕਹਿ ਦੇ, ਬਾਈ ਵਧੀਆ ਬਈ, ਤੂੰ ਦੱਸ ਕਿਵੇਂ, ਜਿਹੜੀ ਗਲਤੀ ਕਰਨ ਨਾਲ ਕੋਈ ਨੁਕਸਾਨ ਨਹੀਂ ਹੁੰਦਾ ਜਾਂ ਨੁਕਸਾਨ ਹੌਲੀ ਹੌਲੀ ਹੁੰਦਾ ਉਹ ਗਲਤੀ ਬੰਦਾ ਵਾਰ ਵਾਰ ਕਰਦਾ, ਜਿਵੇਂ ਜਿਹੜੀ ਗਲਤੀ ਨਾਲ ਕੋਈ ਨੁਕਸਾਨ ਨਹੀਂ ਹੁੰਦਾ, ਮੈਂ ਚਾਬੀ ਹਰ ਰੋਜ਼ ਉੱਪਰ ਹੀ ਭੁੱਲ ਜਾਂਦਾ, ਜਦੋਂ ਥੱਲੇ ਜਾਣਾ ਮੈਨੂੰ ਉਦੋਂ ਯਾਦ ਆਉਂਦਾ, ਮੈਂ ਸਿੱਖਦਾ ਨਹੀਂ ਕੁਛ ਵੀ, ਅਤੇ ਦੂਜੇ ਨੰਬਰ 'ਤੇ ਬੰਦਾ ਉਹ ਗਲਤੀ ਵਾਰ ਵਾਰ ਕਰਦਾ ਜਿਹੜੀ ਗਲਤੀ ਦਾ ਨੁਕਸਾਨ ਹੌਲੀ ਹੌਲੀ ਹੁੰਦਾ, ਜਿਵੇਂ ਕਿ ਦਾਰੂ, ਦਾਰੂ ਨੁਕਸਾਨ ਤੁਹਾਨੂੰ ਹੌਲੀ ਹੌਲੀ ਕਰਦੀ ਆ, ਹੌਲੀ ਹੌਲੀ ਤੁਹਾਡਾ ਸਰੀਰ ਖਰਾਬ ਕਰਦੀ ਆ, ਹੌਲੀ ਹੌਲੀ ਤੁਹਾਡਾ ਘਰ ਖਰਾਬ ਕਰਦੀ ਆ, ਪਰ ਜਿਹੜੀ ਗਲਤੀ ਦਾ ਨੁਕਸਾਨ ਤੁਹਾਨੂੰ ਜਦੀ ਹੁੰਦਾ ਉਹ ਗਲਤੀ ਤੁਸੀਂ ਮੁੜ ਕੇ ਕਦੇ ਨਹੀਂ ਕਰਦੇ, ਸੋ ਗਲਤੀ ਗਲਤੀ 'ਚ ਵੀ ਫਰਕ ਆ, ਖਰਾਬ ਹੋ ਜੂਗਾ ਐਨਾ ਕਰ, ਇੰਡੀਕੇਟਰ ਲਾ ਕੇ ਰੱਖਤਾ, ਚਲੀਏ ਚਲੀਏ, ਸਤਨਾਮ ਬਾਬਾ, ਸਤਨਾਮ ਬਾਬਾ, ਸਤਨਾਮ ਬਾਬਾ, ਵਾਹਿਗੁਰੂ, ਰਣਸ਼ੇਰ ਕਰਦਾ ਮੰਮਾ ਮੰਮਾ ਆ ਜਾ, ਜਦੋਂ ਤੂੰ ਬਾਹਰ ਖੜੀ ਬਾਏ ਕਰਦੀ ਸੀ ਐਂ ਕਹਿੰਦਾ ਸੀ ਬੈਠ ਰਿਹਾ ਵੀ ਬੈਠ ਰਿਹਾ ਕੇ, ਕਹਿੰਦੇ ਦਾਦੂ ਨੂੰ ਬਾਏ ਕਰ, ਬਾਏ ਤਾਂ ਕਰਦੇ ਪੁੱਤ, ਬਾਏ ਕਰ ਦੋ, ਚੰਗਾ ਪਾਰੀ ਕਰ, ਆਏ ਨੀ ਆਏ, ਦੂਰੋਂ ਹੀ ਕਰਤੀ, ਚੱਲ ਮੰਮਾ ਕੋਲ ਜਾਓ, ਹੁਣ ਆਪਾਂ ਚੱਲੇ ਆ ਮੰਡੀ ਨੂੰ, ਮੰਡੀ ਕੀ ਕਰਨ ਚੱਲੇ ਆ, ਸ਼ੋਪਿੰਗ, ਕਿਹਦੇ ਲਈ, ਮੇਰੇ ਲਈ, ਆਪਣਾ ਬਰਥਡੇ ਆ ਰਿਹਾ, ਦੇਖੋ ਬਈ ਗਿਫਟਾਂ ਦੀ ਕੋਈ ਖੇਚਲ ਨਹੀਂ ਕਰਨੀ, ਪੈਸੇ ਸਿੱਧੇ ਖਾਤੇ ਚ ਹੀ ਪਾ ਦਿਓ, ਮੇਰੇ
ਅੱਛਾ ਜੀ, ਬਰਥਡੇ ਮੇਰਾ ਤੇ ਪੈਸੇ ਤੁਹਾਡੇ ਖਾਤੇ ਚ ਹੈ। ਹਾਂਜੀ, ਆਪਾਂ ਬਰਥਡੇ ਲਈ ਥੋੜਾ ਜਿਹਾ ਕੱਪੜਾ ਲੀੜਾ ਲੈਣ ਚੱਲੇ ਆ ਤੇ ਫਿਰ ਉਦੋਂ ਬਾਅਦ ਜਾਵਾਂਗੇ ਪਿੰਡ। ਦੋ ਤਿੰਨ ਕੁ ਦਿਨ ਹਨੇਰੀ ਚੱਲਣ ਨਾਲ, ਥੋੜੀ ਥੋੜੀਆਂ ਕਣੀਆਂ ਪੈਣ ਨਾਲ ਮੌਸਮ ਦਾ ਕਾਫੀ ਫਰਕ ਪੈ ਗਿਆ। 45 degree ਤੋਂ 39 degree ਤੇ ਟੈਂਪਰੇਚਰ ਆ ਗਿਆ। ਕਿਉਂ ਬਈ, ਕਿੰਨੀ ਸੋਹਣੀ ਗੱਲ ਸੁਣਾਈ ਨਾ ਮੈਂ। ਤੇ ਅੱਜ ਵੀ ਬੱਦਲਵਾਈ ਆ, ਟਾਈਮ ਦੁਪਹਿਰ ਦੇ 2:30 ਵੱਜ ਗਏ, ਬਟ ਲੱਗ ਨਹੀਂ ਰਿਹਾ ਵੀ ਬਾਹਰ ਦੁਪਹਿਰਾ ਵਾ। ਰਣ ਸ਼ੇਰ ਗੱਡੀ ਚ ਆ ਕੇ ਤਾਂ ਬਾਹਲੀ ਛੇਤੀ ਸੌਂਦਾ ਵਾ, ਮੰਡੀ ਪਹੁੰਚਣ ਤੋਂ ਪਹਿਲਾਂ ਹੀ ਸੌ ਗਿਆ। ਮੰਡੀ ਸਾਡੇ ਪਿੰਡ ਤੋਂ ਅਸੀਂ 20 ਮਿੰਟਾਂ ਚ ਆ ਜਾਂਦੇ ਹਾਂ, 20 ਮਿੰਟਾਂ ਦੇ ਵਿੱਚ ਵਿੱਚ ਹੀ ਸੌ ਗਿਆ। ਆਤ ਪਾਲਾ ਆਤ, ਉੱਪਰਲੇ ਫਲੋਰ ਤੋਂ ਤਾਂ ਸ਼ੋਪਿੰਗ ਹੋ ਗਈ, ਹੁਣ ਥੱਲੇ ਵਾਲੇ ਦੀ ਚੱਲਦੇ। ਆ ਜਿਹੜਾ ਇਨਸਾਨ ਆ ਨਾ, ਜਦੋਂ ਮੈਂ ਸ਼ੋਪਿੰਗ ਕਰਦੀ ਹਾਂ, ਇਹ ਬੋਲਦਾ ਹੀ ਨਹੀਂ ਹੈਗਾ। ਹੈਲੋ, ਚੱਕਿਓ ਇੱਧਰੋਂ, ਉਹ ਚੱਕਣਾ ਵੀ ਨਹੀਂ। ਇੱਧਰੋਂ ਸ਼ੋਪਿੰਗ ਹੋ ਗਈ ਡਨ, ਅਤੇ ਹੁਣ ਉੱਧਰਲੇ ਸਟੋਰ 'ਤੇ ਚੱਲੇ ਹਾਂ ਬਿਲਿੰਗ ਕਰਾਉਣ। ਪਵਨ ਨੂੰ ਸ਼ੋਪਿੰਗ ਵੀ ਕਰਾਤੀ ਤੇ ਆਪਦੇ ਲਈ 2 ਪਰਨੇ ਵੀ ਲੈ ਲਏ, ਹੁਣ ਕਦੇ ਕਦੇ ਪਰਨਾ ਬੰਨਿਆ ਕਰਾਂਗੇ। ਅੱਜ ਸਾਰਿਆਂ ਨੇ ਸਾਨੂੰ ਇਹ ਕਿਹਾ ਵੀ ਤੁਸੀਂ ਮੰਡੀ ਬਹੁਤ ਟਾਈਮ ਬਾਅਦ ਆਏ ਹੋ। ਆਪਾਂ ਲਾਸਟ ਕਦੋਂ ਆਏ ਸੀ ਮੰਡੀ? ਯਾਦ ਹੀ ਨਹੀਂ ਯਾਰ, ਆਪਾਂ ਸੱਚੀ ਇੰਨਾ ਟਾਈਮ ਬਾਅਦ ਆਏ ਯਾਰ? ਮੈਨੂੰ ਲੱਗਦਾ ਮੈਂ ਹੀ ਆ। ਆਪਾਂ ਉਦੋਂ ਆਏ ਸੀ, ਹਾਂ ਸੱਚ, ਮੰਡੀ ਜਦੋਂ ਆਪਾਂ ਆਪਣੇ ਬਾਹਰ ਲੈ ਆਏ ਸੀਗੇ, ਆਪਾਂ ਤੌਲੀਏ ਤੂਲੀਏ ਲੈਣ ਆਏ ਸੀ, ਸਿਲੰਡਰ ਦਾ ਚੁੱਲ੍ਹਾ ਲੈਣ ਆਏ ਸੀ, ਗੈਸ ਵਾਲਾ ਚੁੱਲ੍ਹਾ, ਜਦੇ ਆਏ ਹੋਏ ਆਪਾਂ ਮੰਡੀ। ਯਾਦ ਆ ਕਿਹੜੇ ਮਹੀਨੇ 'ਚ ਆਏ ਸੀ ਆਪਾਂ? ਕੀ ਲੈਣਾ ਤੁਸੀਂ? ਥੋੜੀ ਠੰਡ ਜੀ ਸੀ ਯਾਰ। ਮਾਰਚ ਚ ਆਏ ਸੀ, ਮਾਰਚ ਦੇ ਐਂਡ ਚ ਆਏ ਸੀ ਅਸੀਂ। ਅਪ੍ਰੈਲ ਮੇ 2 ਮਹੀਨੇ ਹੋਇਆ ਯਾਰ। ਫਿਰ ਵੀ 2 ਮਹੀਨੇ ਬਹੁਤ ਹੁੰਦੇ ਨੇ। ਚਲੋ ਬਈ ਕੋਈ ਨਹੀਂ, ਹੁਣ ਕਦੇ ਕਦੇ ਮਾਰ ਕੇ ਜਾਇਆ ਕਰਾਂਗੇ ਮੰਡੀ ਕਿਹੜਾ। ਦੇਖਦੇ ਹਾਂ ਜਦੋਂ ਮੰਡੀ ਕਿਹੜਾ ਮਾਰੇਂਗੇ ਜਾਂ ਪਿੰਡ ਵਾਲੇ ਬਾਜ਼ਾਰ ਤੋਂ ਵੀ ਜਾਏਂਗੇ। ਇੱਕ ਕੱਲ ਕਮੈਂਟ ਵੀ ਆਇਆ ਸੀਗਾ, ਕਹਿੰਦੇ ਹੁਣ ਨਹੀਂ ਲੱਗਦਾ ਪਵਨ ਪਹਿਲਾਂ ਵਾਂਗੂ ਕੈਂਟ ਜਾਊਗੀ। ਕਿਉਂ ਜਾਵਾਂਗੇ ਬਈ, ਜਦੋਂ ਟਾਈਮ ਲੱਗੂਗਾ ਜ਼ਰੂਰ ਜਾਵਾਂਗੇ। ਨਹੀਂ ਨਹੀਂ, ਰਹਿਣ ਤਾਂ ਨਹੀਂ ਜਾਂਦੀ ਹੁਣ, ਉਹ ਤਾਂ ਮੁਸ਼ਕਲ ਆ। ਉਹ ਤਾਂ ਫਿਰ ਹੁਣ ਆਏ ਆ ਵੀ ਹੁਣ ਘਰ ਬਾਰ ਵੀ ਦੇਖਣਾ ਪੈਣਾ। ਅੱਗੇ ਐ ਹੁੰਦਾ ਸੀ, ਮੰਮੀ ਹੁੰਦੀ ਸੀ, ਮੰਮੀ ਦੇ ਸਿਰ ਤੇ ਚਲੇ ਜਾਂਦੇ ਸੀ, ਹੈਂ 2 ਦਿਨ ਰਹੀਏ 3 ਦਿਨ ਰਹੀਏ। ਵੈਸੇ ਮੈਂ 2 ਦਿਨ ਤੋਂ ਵੱਧ ਕਦੇ ਨਹੀਂ ਰਹੀ ਹੈਗੀ। ਹਾਂ, ਜਦੋਂ ਮੇਰੇ ਬਾਹਰਲੇ ਭੈਣ ਭਰਾ ਆਏ ਹੋਏ ਸੀਗੇ, ਉਹ ਜਨਵਰੀ ਫਰਵਰੀ, ਉਹ 2 ਮਹੀਨੇ ਮੈਂ ਵੱਧ ਰਹੀ ਸੀ ਕੈਂਟ। ਨਹੀਂ, ਮੈਂ ਹਮੇਸ਼ਾ 2 ਰਾਤਾਂ ਲਾਉਣੀ ਆ, ਆਪਾਂ ਘਰੇ ਵਾਪਸ ਆ ਜਾਈਏ ਜਦੇ। ਸਹੀ ਬੋਲੀ ਨਾ ਮੈਂ? ਚਲੋ ਬਈ ਹੁਣ ਆਪਾਂ ਚੱਲੀਏ ਪਿੰਡ ਨੂੰ। ਆ ਜਿਹੜੇ ਕੋਈ ਬੰਦਾ ਹੱਥ ਜਿਹਾ ਮਾਰਦਾ ਨਾ, ਕਮੈਂਟ ਕਰਕੇ ਦੱਸਿਓ ਅਸੀਂ ਐਟ ਏ ਟਾਈਮ ਕਿੱਥੇ ਆਏ ਹੋਏ ਆ। ਦੇਖਦੇ ਆ ਤੁਸੀਂ ਸਾਨੂੰ ਕਿੰਨਾ ਕੁ ਜਾਣਦੇ ਹੋ ਵੀ ਜਦੋਂ ਅਸੀਂ ਮੰਡੀ ਅਹਿਮਦਗੜ੍ਹ ਆਉਂਦੇ ਹਾਂ ਅਸੀਂ ਕਿੱਥੇ ਆਉਂਦੇ ਹਾਂ। ਉਦੋਂ ਬਾਅਦ 'ਚ ਲੱਗ ਜੂ ਪਤਾ 'ਚ ਕਿ ਕਿੰਨਾ ਕੁ ਪਿਆਰ ਆਪਣੇ 'ਚ। ਕਿਉਂ ਜਿਹੜੇ ਤਾਂ ਹਰ ਰੋਜ਼ ਵੀਡੀਓ ਦੇਖਦੇ ਆ ਉਹਨਾਂ ਨੂੰ ਤਾਂ ਪੱਕਾ ਪਤਾ, ਜਿਹੜੇ ਕਦੇ ਕਦੇ ਦੇਖਦੇ ਆ ਉਹਨਾਂ ਨੂੰ ਵੀ ਪੱਕਾ ਪਤਾ, ਜਿਹੜੇ ਜਮ੍ਹਾਂ ਨਹੀਂ ਦੇਖਦੇ ਉਹਨਾਂ ਕੋਲ ਕੋਈ ਜਵਾਬ ਨਹੀਂ ਵੀਰੇ। ਚਲੋ ਇੰਨਾ ਕੁ ਹਿੰਟ ਦੇ ਦਿੰਦਾ ਕਿ ਅਸੀਂ ਖਾਣ ਆਏ ਹਾਂ।
ਬੱਦਲ ਤਿੰਨ ਚਾਰ ਦਿਨ ਦੇ ਆਉਂਦੇ ਆ ਜਾਂਦੇ ਆ, ਪਰ ਮੀਂਹ ਓਵੇਂ ਨਹੀਂ ਪੈਂਦਾ ਜਿਵੇਂ ਪੈਣਾ ਚਾਹੀਦਾ। ਸਹੀ ਗੱਲ ਹੈ, ਜੇ ਮੀਂਹ ਪੈ ਜਾਵੇ ਨਾ ਇੱਕ ਵੀ ਗਰਮੀ ਘੱਟ ਜਾਵੇ, ਹੈਨਾ, ਚਾਰ ਕੁ ਦਿਨ ਦਾ ਸੁੱਖ ਦਾ ਸਾਹ ਆਵੇ ਨਾ। ਪਰ ਹੁਣ ਵੀ ਬਹੁਤ ਆਰਾਮ ਆ, ਅੱਜ ਦੋ ਦਿਨ ਹਨੇਰੀ ਚੱਲ ਕੇ ਵਧੀਆ ਆਰਾਮ ਆ। ਹਾਂ, ਹੁਣ ਆਪਾਂ ਇੱਥੋਂ ਚੱਲਦੇ ਆ ਪਿੰਡ ਨੂੰ, ਤੇ ਪਿੰਡੋਂ ਛੇਤੀ ਛੇਤੀ ਕੰਮ ਕਰ ਕਰਕੇ ਫਿਰ ਵਾਪਸ ਜੋਧਾ ਨੂੰ ਹੀ ਆਵਾਂਗੇ। ਹੁਣ ਅਸੀਂ ਕੈਣ ਨਹੀਂ ਜਾਣਾ ਕਿਉਂਕਿ ਬਰਿੰਦਰ ਆਉਂਦਾ, ਬਰਿੰਦਰ ਹੀ ਕੱਪੜੇ ਲੈ ਆਊਗਾ। ਹਾਂਜੀ ਸ਼ੇਰੇ, ਤੇਰਾ ਮਾਮਾ ਆਉਂਦਾ, ਉਹਨੂੰ ਫੋਨ ਕਰ ਦੇ। ਮਾਮਾ, ਮਾਮੇ ਨਾਲ ਤਾਂ ਸਾਡਾ ਪੂਰਾ ਪਿਆਰ ਹੈ। ਅੱਜ ਇਹ ਬੈਠਾ ਕੋਕੋ ਮੈਲਨ ਦੇਖੇ, ਨਾਲੇ ਨੇ ਰਿਮੋਟ ਕੰਨ ਨੂੰ ਲਾਇਆ ਹੋਇਆ, ਨਾਲੇ ਕਹੇ ਦਾਦੂ ਦਾਦੂ ਬਾਗ ਜਿਹੜੇ ਫੋਨ ਲਾਉਣ ਲੱਗਿਆ ਹੋਇਆ ਸੀਗਾ। ਚਲੋ ਆ, ਸੜਕ ਤੇ ਵੀ ਕੱਲ ਲੁੱਕ ਪੈ ਗਈ। ਲਓ ਵੀ ਹੁਣ ਆਪਾਂ ਬਿਸਕੁਟ ਫੜਾ ਦਈਏ, ਪਿੰਡ ਆ ਗਏ। ਹਾਂ, ਜਿਵੇਂ ਕਈ ਵਾਰੀ ਅਸੀਂ ਗੈਸ ਸਿਲੰਡਰ ਨਾ ਖਾਲੀ ਘਰੋਂ ਚੱਕ ਲਿਆ, ਉਹਨੇ ਉਹਨੇ ਵਾਪਸ ਉਵੇਂ ਪਿੰਡ ਨੂੰ ਲੈ ਜਾਣਾ ਹੋਇਆ। ਅੱਜ ਮੈਂ ਆਉਂਦੀ ਨੇ ਪਹਿਲਾਂ ਡਿੱਗੀ ਖੋਲੀ ਵੀ ਇਹ ਚੀਜ਼ ਨਾ ਨਾਲ ਵਾਪਸ ਚਲੀ ਜਾਵੇ, ਪਹਿਲਾਂ ਹੀ ਚਾਰ ਪੰਜ ਹੱਲਿਆਂ ਦੇ ਬਾਅਦ ਆਈ ਆ। ਕਿੱਧਰ ਨੂੰ ਜਨਾਬ, ਕਿੱਧਰ ਨੂੰ ਭੱਜੇ ਸੀ? ਮੇਰੀ ਕੋਈ ਹੈਲਪ ਕਰਾ ਦਿਓ, ਤੁਰ ਪਏ ਆ ਫੜੋ। ਪੰਧੇਰ ਖੇੜੀ ਆਪਾਂ ਨੂੰ ਦੋ ਕੰਮ ਸੀਗੇ, ਇੱਕ ਤਾਂ ਬਰਾਂਡੇ 'ਚ ਨਿਸ਼ਾਨ ਲਵਾਉਣੇ ਸੀਗੇ, ਅਤੇ ਦੂਜਾ ਆਪਾਂ ਗੁਰਦੁਆਰਾ ਸਾਹਿਬ ਵਾਟਰ ਕੂਲਰ ਲਵਾਉਣਾ ਵਾ, ਉਹਦੀ ਸੈਟਿੰਗ ਦੇਖਣੀ ਸੀਗੀ। ਹੁਣ ਆਪਣੇ ਕੰਮ ਨਿਬੜ ਗਏ, ਚੱਲੀਏ, ਲੇਟ ਬਹੁਤ ਹੋ ਗਏ। ਆਹ ਮੋਟਰਸਾਈਕਲ ਆਪਣਾ ਯਾਰ, ਕਿੱਧਰ ਆਪਣੀ ਚਾਦਰਾਂ ਵੀ ਉੱਡੀਆਂ ਨੇ? ਸਿਮ ਵਧਾਈਆਂ ਬਾਈ, ਚਾਦਰ ਜਿਵੇਂ ਸਿਮ ਹੋਣੀ ਆ, ਭੈਣ ਨੂੰ ਕੁਛ ਦਿਖਾਉਣ ਆਉਂਦੀਆਂ ਨੇ ਨਾ, ਮੰਮੀ ਕਹਿ ਕੇ ਮੰਮੀ ਆ ਦੇਖੋ ਨਾ, ਉਵੇਂ ਕੋਈ ਨਾ ਕੋਈ ਚੀਜ਼ ਪਿੱਛੇ ਜਾ ਕੇ ਭੱਜੋ। ਮੰਮੀ ਮੰਮੀ, ਚਾਚੇ ਨੂੰ ਵੀ ਬਾਏ ਕਰ ਦੇ। ਚਾਚਾ ਫੇਰ ਗਿਆ, ਤੇ ਚਾਚੇ ਨੂੰ ਪਹਿਲਾਂ ਇੰਨੀਆਂ ਹਾਕਾਂ ਮਾਰੀਆਂ, ਬਾਏ ਕਰ ਦੇ ਦੀਦੀ ਨੂੰ, ਬਾਏ ਕਰ ਦੇ। ਬੈਕ ਹੋਮ, ਦਿਨ ਕਦੋਂ ਸ਼ੁਰੂ ਹੁੰਦਾ ਕਦੋਂ ਖਤਮ ਹੁੰਦਾ ਕੁਛ ਨਹੀਂ ਪਤਾ ਲੱਗਦਾ, ਬਟ ਇਟ ਇਜ਼ ਗੁੱਡ ਟੂ ਬੀ ਬਿਜ਼ੀ। ਅਤੇ ਹੁਣ ਆਪਾਂ ਕਰਦੇ ਹਾਂ ਆਹ ਵਲੋਗ ਕਰਦੇ ਹਾਂ ਇੱਥੇ ਐਂਡ। ਜੇ ਵਲੋਗ ਵਧੀਆ ਲੱਗਿਆ ਹੋਇਆ ਕਿਸੇ ਵੀ ਰੀਜ਼ਨ ਕਰਕੇ, ਵਲੋਗ ਨੂੰ ਲਾਈਕ, ਚੈਨਲ ਨੂੰ ਸਬਸਕ੍ਰਾਈਬ, ਅਤੇ ਸੋਹਣਾ ਜਿਹਾ ਕਮੈਂਟ ਜ਼ਰੂਰ ਕਰਿਓ। ਚੰਗਾ ਜੀ, ਬਾਏ ਬਾਏ, ਟਾਟਾ, ਟੇਕ ਕੇਅਰ।